ਮੇਰਾ ਨਾਮ ਡਾਕਟਰ ਉਪਿੰਦਰ ਸਿੰਘ ਘਈ ਹੈ। ਮੈਂ ਘਈ ਹੋਸਪਿਟਲ ਦਾ ਮਾਲਕ ਵੀ ਹਾਂ ਔਰ ਇੱਥੇ ਦਾ ਮੇਨ ਸਰਜਨ ਵੀ ਹਾਂ। ਮੈਂ 1980 ਦੇ ਵਿੱਚ ਮਾਸਟਰ ਆਫ ਸਰਜਰੀ ਦੀ ਡਿਗਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਸੀ ਔਰ ਉਸ ਤੋਂ ਬਾਅਦ ਮੈਂ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਦੇ ਵਿੱਚ ਵੀ ਸੇਵਾ ਕੀਤੀ, ਸਿਵਲ ਹੋਸਪਿਟਲ ਜਲੰਧਰ ਵੀ ਰਿਹਾ। ਉਹਦੇ ਬਾਅਦ ਮੈਂ ਬਾਹਰ ਚਲਾ ਗਿਆ, 6 ਸਾਲ ਮੈਂ ਲਿਬੀਆ ਵਿੱਚ ਵੀ ਜਿਹੜਾ ਮੇਨ ਹੋਸਪਿਟਲ ਸੀ ਉੱਥੇ ਸੀਨੀਅਰ ਕੰਸਲਟੈਂਟ ਸੀ। ਵਾਪਸ ਆ ਕੇ ਮੈਂ ਗੁਰੂ ਨਾਨਕ ਮਿਸ਼ਨ ਹਸਪਤਾਲ 'ਚ ਸੇਵਾ ਕੀਤੀ ਔਰ 1996 ਤੋਂ ਕਈ ਹੋਸਪਿਟਲ ਜਿਹੜਾ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿੱਚ ਹੈ ਉਹਨੂੰ ਚਲਾ ਰਹੇ ਹਾਂ। ਫਿਸਚੁਲਾ ਜਿਹੜੀ ਹੈ ਵੀ ਕਾਫੀ ਕਾਮਨ ਬਿਮਾਰੀ ਹੈ। ਫਿਸਚੁਲਾ ਦਾ ਮਤਲਬ ਹੁੰਦਾ, ਜਾਂ ਅਸੀਂ ਪੰਜਾਬੀ ਜਿਹਨੂੰ ਬੁਗੰਤਰ ਕਹਿੰਦੇ ਹਾਂ, ਇਹਦਾ ਮਤਲਬ ਇਹ ਹੁੰਦਾ ਕਿ ਇੱਕ ਸਾਡੇ ਸੁਰਾਖ ਜਿਹੜਾ ਲੈਟਰਿਨ ਵਾਲੀ ਜਗ੍ਹਾ ਦੇ ਬਾਹਰ ਹੋ ਜਾਂਦਾ ਔਰ ਉਹਦਾ ਹੀ ਕਨੈਕਸ਼ਨ ਜਿਹੜਾ ਲੈਟਰਿਨ ਵਾਲੀ ਜਗ੍ਹਾ ਦੇ ਅੰਦਰ ਵੀ ਹੁੰਦਾ। ਮਰੀਜ਼ ਆਮ ਤੌਰ 'ਤੇ ਆ ਕੇ ਹਿਸਟਰੀ ਦਿੰਦਾ ਕਿ ਸਾਨੂੰ ਇੱਥੇ ਜਿਹੜੀ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਦਰਦ ਹੋਈ ਔਰ ਬਾਹਰੋਂ ਜਿਹੜੀ ਇੱਕ ਜਗ੍ਹਾ ਤੋਂ ਇਹ ਜਿਹੜੀ ਮੋਰੀ ਹੋ ਗਈ ਹੈ ਉਹ ਜੋ ਮੁਆਦ ਜਾਂ ਪਸ ਨਿਕਲ ਗਈ ਔਰ ਫਿਰ ਮੇਰੀ ਦਰਦ ਠੀਕ ਹੋ ਗਈ। ਔਰ ਕਈ ਵਾਰ ਮਰੀਜ਼ ਸੋਚਦਾ ਮੈਂ ਠੀਕ ਹੋ ਗਿਆ, ਉਹ ਅਣਗਹਿਲੀ ਕਰ ਜਾਂਦਾ, ਇਲਾਜ ਨਹੀਂ ਕਰਾਉਂਦਾ ਔਰ ਇਹ ਇਹ ਕੰਮ ਚੱਲਦਾ ਰਹਿੰਦਾ। ਉਹਨੂੰ ਪੰਜਾਬੀ ਲੋਕ ਕਈ ਵਾਰੀ ਭਰਨ ਫਿਸਣ ਵੀ ਕਹਿ ਦਿੰਦੇ ਆ। ਇਹਦੇ ਵਿੱਚ ਜਿਹੜਾ ਇਲਾਜ ਹੈ ਇਹਦੇ ਵਿੱਚ ਇਲਾਜ ਓਪਰੇਸ਼ਨ ਹੀ ਹੈ, ਹੋਰ ਇਹਦੇ ਵਿੱਚ ਕੋਈ ਇਲਾਜ ਨਹੀਂ ਹੈ। ਇਹਦੇ ਵਿੱਚ ਵੀ ਅਸੀਂ ਪਹਿਲਾਂ ਜਿਹੜਾ ਅੰਦਰੋਂ ਬਾਹਰੋਂ ਡਾਈ ਪਾਈ ਜਾਂਦੀ ਹੈ ਜਿਹਦੇ ਨਾਲ ਸਾਨੂੰ ਅੰਦਰ ਵਾਲਾ ਜਿਹੜਾ ਹੋਲ ਹੈ ਉਹਨੂੰ ਮੋਰੀ ਜਿਹੜੀ ਅੰਦਰ ਵਾਲੀ ਹੈ ਉਹਨੂੰ ਅਸੀਂ ਦੇਖ ਲੈਂਦੇ ਹਾਂ ਕਿ ਉਹ ਲੈਟਰਿਨ ਵਾਲੀ ਜਗ੍ਹਾ ਤੋਂ ਕਿੰਨੀ ਦੂਰ ਹੈ। ਸੋ ਉਹਦੇ ਮੁਤਾਬਕ ਅਸੀਂ ਜਿਹੜੀ ਫਿਸਚੁਲਾ ਨੂੰ ਦੋ ਤਰ੍ਹਾਂ 'ਚ ਅਸੀਂ ਲੇਬਲ ਕਰੀਦਾ, ਲੋਅਰ ਫਿਸਚੁਲਾ ਔਰ ਹਾਈ ਫਿਸਚੁਲਾ, ਮਤਲਬ ਥੱਲੇ ਵਾਲੇ ਹੈਗੇ ਜਾਂ ਉੱਪਰ ਵਾਲੇ ਹੈ। ਔਰ ਕਈ ਫਿਸਚੁਲਾ ਜਿਹੜੇ ਆ ਉਹ ਸਫਿੰਟਰ ਜਿਹੜਾ ਸਾਡਾ ਲੈਟਰਿਨ ਦਾ ਜਿਹਨੂੰ ਕੰਟਰੋਲ ਕਰਦਾ ਉਹਨੂੰ ਅਸੀਂ ਦੋ ਤਰ੍ਹਾਂ ਦੇ ਸਫਿੰਟਰ ਹੁੰਦੇ ਆ, ਇੰਟਰਨਲ ਸਫਿੰਟਰ ਔਰ ਐਕਸਟਰਨਲ ਸਫਿੰਟਰ, ਕਿ ਵੈਦਰ ਉਹਦੇ ਕਰੋਸ ਜਾ ਰਿਹਾ ਜਾਂ ਉਸ ਤੋਂ ਬਾਹਰ ਹੀ ਹੈਗਾ। ਸੋ ਓਪਰੇਸ਼ਨ ਵੀ ਜਿਹੜਾ ਉਸ ਹਿਸਾਬ ਨਾਲ ਕੀਤਾ ਜਾਂਦਾ। ਇਹਦੇ ਵਿੱਚ ਓਪਰੇਸ਼ਨ ਦੀ ਕਈ ਵਿਧੀਆਂ ਜਿਹੜੀਆਂ ਅਵੇਲੇਬਲ ਹੈਗੀਆਂ ਔਰ ਆਮ ਤੌਰ 'ਤੇ ਪਹਿਲਾਂ ਤਾਂ ਅਸੀਂ ਸਾਰੇ ਜਿਹੜੇ ਆ ਉਹਨਾਂ ਨੂੰ ਖੁੱਲ੍ਹਾ ਓਪਰੇਸ਼ਨ ਹੀ ਕਰੀਦਾ ਸੀ। ਅਸੀਂ ਬਾਹਰੋਂ ਇੱਕ ਡਾਈ ਪਾਈ ਦੀ ਸੀ, ਅੰਦਰ ਵਾਲਾ ਹੋਲ ਜਾਂਚ ਲਈਦਾ ਕਿੱਥੇ ਹੈ, ਔਰ ਬਾਹਰੋਂ ਇੱਕ ਪ੍ਰੋਬ ਫਿਸਚੁਲਾ ਪ੍ਰੋਬ ਉਹਨੂੰ ਕਹਿੰਦੇ ਹਾਂ ਉਹ ਅੰਦਰ ਪਾਈ ਜਾਂਦੀ ਸੀ ਔਰ ਉਹਦੇ ਨਾਲ ਨਾਲ ਅਸੀਂ ਜਿਹੜਾ ਉਹ ਟਰੈਕ ਜਿਹਨੂੰ ਅਸੀਂ ਕਹਿੰਦੇ ਹਾਂ ਜਿਹੜੀ ਗਲੀ ਬਣ ਗਈ ਆ ਜਾਂ ਜਿਹੜਾ ਕੁਨੈਕਸ਼ਨ ਹੈ ਅੰਦਰ ਵਾਲੀ ਔਰ ਬਾਹਰ ਵਾਲੀ ਮੋਰੀ ਦਾ ਉਹਨੂੰ ਪੂਰਾ ਪੂਰਾ ਉਹਨੂੰ ਕੱਢਿਆ ਜਾਂਦਾ ਸੀਗਾ। ਪਰ ਹੁਣ ਜਿਹੜੇ ਥੋੜ੍ਹੇ ਜਿਹੇ ਸਿੰਪਲ ਤਰੀਕੇ ਵੀ ਆ ਗਏ ਹੈ, ਲੇਜ਼ਰ ਇੱਕ ਇਹੋ ਜਿਹਾ ਤਰੀਕਾ ਜਿਹਦਾ ਅਸੀਂ ਲੇਜ਼ਰ ਦੇ ਨਾਲ ਸਾਰਾ ਟਰੈਕ ਜਿਹੜਾ ਉਹਨੂੰ ਸਾੜਤਾ ਜਾਂਦਾ, ਜਾਂ ਈਵਨ ਸਪੈਸ਼ਲ ਅੱਜ ਕੱਲ੍ਹ ਜਿਵੇਂ ਅਸੀਂ ਲੈਪਰੋਸਕੋਪੀ ਕਰੀਦੀ ਹੈ ਇਹੋ ਜਿਹੇ ਫਿਸਚੁਲਾ ਸਾਡੇ ਕੋਲ ਫਿਸਚੁਲਾ ਸਕੋਪਸ ਵੀ ਹੈਗੇ ਹਨ ਜਿਹਦਾ ਅਸੀਂ ਦੂਰਬੀਨ ਨਾਲ ਅੰਦਰੋਂ ਜਾਂਚ ਕੇ ਜਿਹੜਾ ਆਸਾ ਆਸਾ ਜਿਹੜਾ ਟਰੈਕ ਹੈ ਉਹਨੂੰ ਸਾਰਿਆਂ ਨੂੰ ਬਰਨ ਕਰਤਾ ਜਾਂਦਾ ਔਰ ਅੰਦਰ ਵਾਲੀ ਜਿਹੜੀ ਬੋਰੀ ਹੈ ਉਹਨੂੰ ਅਸੀਂ ਟਾਂਕਿਆਂ ਨਾਲ ਬੰਦ ਕਰਤਾ ਜਾਂਦਾ। ਇਹਦੇ ਵਿੱਚ ਜ਼ਿਆਦਾ ਚੀੜਫਾੜ ਕਰਨ ਦੀ ਲੋੜ ਨਹੀਂ ਪੈਂਦੀ। ਸੋ ਇਹੋ ਜਿਹੇ ਇਲਾਜ ਜਿਹੜੇ ਅੱਜ ਕੱਲ੍ਹ ਹੈਗੇ ਆ। ਇੱਕ ਬਿਮਾਰੀ ਜਿਹੜੀ ਇਹਦੇ ਨਾਲ ਥੋੜ੍ਹੀ ਜਿਹੀ ਸੰਬੰਧਿਤ ਹੈ ਉਹ ਫਿਸਚੁਲਾ ਤਾਂ ਨਹੀਂ ਹੈਗਾ, ਉਹਨੂੰ ਪਾਈਲੋਨਾਡਲ ਸਾਈਨਸ ਕਹਿੰਦੇ ਹਾਂ। ਪਾਈਲਸ ਜਿਹੜਾ ਉਹਦਾ ਮਤਲਬ ਹੁੰਦਾ ਵਾਲ। ਇਹ ਆਮ ਤੌਰ 'ਤੇ ਮਰੀਜ਼ ਦੇ ਪਿੱਠ 'ਤੇ ਹੁੰਦੇ ਆ, ਬੰਦਿਆਂ ਵਿੱਚ ਜ਼ਿਆਦਾ, ਲੇਡੀਜ਼ ਵਿੱਚ ਵੀ ਬਿਮਾਰੀ ਹੁੰਦੀ ਹੈ। ਉਹ ਪਿੱਠ ਦੇ ਪਿਛਲੇ ਹਿੱਸੇ ਵਿੱਚ ਜਿਹੜੀ ਹੈ ਉਹਦੇ 'ਚ ਇੱਕ ਮੋਰੀ ਹੋ ਜਾਂਦੀ ਛੋਟੀ ਜਿਹੀ, ਔਰ ਉਹਦੇ 'ਚ ਅਗਰ ਚੰਗੀ ਤਰ੍ਹਾਂ ਦੇਖਿਆ ਜਾਵੇ ਤਾਂ ਉਸ ਮੋਰੀ ਦੇ ਵਿੱਚ ਵਾਲ ਫਸੇ ਹੁੰਦੇ ਆ ਔਰ ਇਹਦੇ 'ਚ ਇਨਫੈਕਸ਼ਨ ਹੁੰਦੀ ਹੈ, ਅਬਸੈਸ ਬਣ ਜਾਂਦੀ ਹੈ, ਠੀਕ ਹੋ ਜਾਂਦਾ ਫਿਰ ਖਰਾਬ ਹੋ ਜਾਂਦੀ ਹੈ। ਸੋ ਇਹਦਾ ਵੀ ਜਿਹੜਾ ਓਪਰੇਸ਼ਨ ਹੀ ਕੀਤਾ ਜਾਂਦਾ। ਸੋ ਇਹਦਾ ਵੀ ਟਰੈਕ ਪੂਰਾ ਰਿਮੂਵ ਕਰਨਾ ਚਾਹੁੰਦਾ ਔਰ ਇਹਦੇ ਵਿੱਚ ਵੀ ਜਿਹੜਾ ਅਸੀਂ ਇਹਨੂੰ ਵੀ ਅਸੀਂ ਲੇਜ਼ਰ ਨਾਲ ਵੀ ਕਰ ਸਕਦੇ ਹਾਂ, ਜਾਂ ਜਿਹੜਾ ਇੱਕ ਤਰੀਕਾ ਹੈਗਾ ਉਹ ਜ਼ੈਡ ਪਲਾਸਟੀ ਹੈ, ਪਲਾਸਟਿਕ ਸਰਜਰੀ ਨਾਲ ਕਰਕੇ ਅਸੀਂ ਟਰੈਕ ਨੂੰ ਪੂਰਾ ਰਿਮੂਵ ਕਰਕੇ ਅਤੇ ਟਾਂਕੇ ਲਾ ਤੇ ਜਾਂਦੇ ਆ। ਇਹਦੇ ਨਾਲ ਮਰੀਜ਼ ਜਿਹੜਾ ਥੋੜ੍ਹਾ ਛੇਤੀ ਠੀਕ ਹੁੰਦਾ ਔਰ ਨਹੀਂ ਤਾਂ ਅਗਰ ਅਸੀਂ ਫਿਸਚੁਲਾ ਟਰੈਕ ਖੁੱਲ੍ਹਾ ਰੱਖੀਏ ਤਾਂ ਉਹਨੂੰ ਕਾਫੀ ਦੇਰ ਪੱਟੀਆਂ ਦੇ ਨਾਲ ਕਰਕੇ ਆਸਾ ਆਸਾ ਜ਼ਖਮ ਭਰਦਾ, ਉਹਦੇ 'ਚ ਕਾਫੀ ਟਾਈਮ ਲੱਗਦਾ। ਸੋ ਇਹ ਸੀ ਆਪਣਾ ਫਿਸਚੁਲਾ, ਐਨਲ ਫਿਸਚੁਲਾ ਔਰ ਪਾਈਲੋਨਾਈਡਲ ਸਾਈਨਸ ਦੇ ਬਾਰੇ 'ਚ।